ਕੈਨੇਡਾ ਪਹੁੰਚ ਕੇ ਪਤੀ ਨੇ ਕੀਤਾ ਪਤਨੀ ਦਾ ਕਤਲ, ਫਿਰ ਕਤਲ ਦੀ ਵੀਡੀਓ ਬਣਾ ਕੇ ਦਿਖਾਈ ਆਪਣੀ ਮਾਂ ਨੂੰ। ਕੈਨੇਡਾ 'ਚ ਰਹਿ ਰਹੀ ਧੀ ਨੇ ਬੁਲਾਇਆ ਸੀ ਆਪਣੀ ਮਾਂ ਨੂੰ। 2 ਸਾਲ ਬਾਅਦ ਪਤੀ ਵੀ ਆਇਆ ਕੈਨੇਡਾ, ਫਿਰ ਚਾਕੂ ਮਾਰ ਕੇ ਪਤਨੀ ਨੂੰ ਉਤਾਰਿਆ ਮੌਤ ਦੇ ਘਾਟ। ਤਾਂ ਦੱਸ ਦੇ ਕਿ 41 ਸਾਲ ਦੀ ਬਲਵਿੰਦਰ ਕੌਰ ਨੂੰ ਉਸਦੇ ਪਤੀ ਨੇ ਕੈਨੇਡਾ ਪਹੁੰਚ ਕੇ ਉਸਦਾ ਕਤਲ ਕਰ ਦਿੱਤਾ। ਤੇ ਆਪਣੀ ਮਾਂ ਨੂੰ ਕਤਲ ਦੀ ਵੀਡੀਓ ਬਣਾਉਣ ਤੋਂ ਬਾਅਦ ਉਸਨੇ ਦੱਸਿਆ ਕਿ ਆਪਣੀ ਪਤਨੀ ਦਾ ਉਸਨੇ ਕਤਲ ਕਰ ਦਿੱਤਾ। ਤਾਂ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਜਿੱਥੇ ਇਸ ਮਾਮਲੇ ਦੇ ਵਿੱਚ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ, ਉੱਥੇ ਭਾਰਤ ਸਰਕਾਰ ਤੋਂ ਆਪਣੀ ਧੀ ਦੀ ਮ੍ਰਿਤਕ ਦੇਹ ਨੂੰ ਪੰਜਾਬ ਲਿਆਉਣ ਦੀ ਵੀ ਮੰਗ ਕੀਤੀ ਗਈ ਹੈ। ਤਾਂ ਦੱਸਦੇ ਕਿ ਮਾਮਲਾ ਜਗਰਾਉਂ ਦਾ, ਜਿੱਥੇ 24 ਸਾਲ ਪਹਿਲਾਂ ਮ੍ਰਿਤਕ ਦੇ ਪਿਤਾ ਨੇ ਆਪਣੀ ਧੀ ਦਾ ਵਿਆਹ ਲੁਧਿਆਣਾ ਦੇ ਰਹਿਣ ਵਾਲੇ ਜਗਪ੍ਰੀਤ ਸਿੰਘ ਦੇ ਨਾਲ ਕੀਤਾ ਸੀ, ਜਿਸ ਤੋਂ ਇੱਕ ਬੇਟੀ ਤੇ ਬੇਟਾ। ਤਾਂ ਬੇਟੀ 3 ਸਾਲ ਪਹਿਲਾਂ ਐਲਸ ਕਰਕੇ ਕੈਨੇਡਾ ਭੇਜੀ ਗਈ ਸੀ। ਤਾਂ 1 ਸਾਲ ਬਾਅਦ ਹੀ ਉਸਦੀ ਜਦ ਤਬੀਅਤ ਖਰਾਬ ਹੋ ਗਈ ਤਾਂ ਉਸਦੀ ਦੇਖ ਰੇਖ ਦੇ ਲਈ ਉਸਦੀ ਮਾਂ ਬਲਵਿੰਦਰ ਕੌਰ ਕੈਨੇਡਾ ਚਲੀ ਜਾਂਦੀ ਹੈ। ਤਾਂ ਉਸਦਾ ਪਤੀ ਵੀ ਲਗਾਤਾਰ ਉਸਨੂੰ ਕਹਿੰਦਾ ਹੈ ਕਿ ਉਸਨੇ ਵੀ ਕੈਨੇਡਾ ਆਉਣਾ, ਪਰ ਉਸਦੀ 2-3 ਵਾਰ ਉੱਥੋਂ ਰਿਫਿਊਜ਼ਲ ਆ ਜਾਂਦੀ ਹੈ, ਜਿਸ ਕਾਰਨ ਪਤੀ ਪਤਨੀ ਦੇ ਵਿੱਚ ਅਕਸਰ ਫੋਨ 'ਤੇ ਝਗੜਾ ਹੁੰਦਾ ਰਹਿੰਦਾ ਸੀ। ਤਾਂ ਉਹ ਲੜਕੀ ਦੇ ਪੇਕੇ ਵਾਲਿਆਂ ਨੂੰ ਵੀ ਇਸ ਗੱਲ ਨੂੰ ਲੈ ਕੇ ਜ਼ਿੰਮੇਵਾਰ ਠਹਿਰਾਉਂਦਾ ਸੀ। ਤਾਂ ਦੱਸਦੇ ਕਿ ਲੜਕੀ ਨੇ ਇਸੇ ਮਹੀਨੇ ਦੀ 11 ਤਰੀਕ ਨੂੰ ਆਪਣੇ ਪਿਤਾ ਨੂੰ ਕੈਨੇਡਾ ਸੱਦ ਲਿਆ ਅਤੇ 15 ਮਾਰਚ ਨੂੰ ਉਸਨੇ ਆਪਣੀ ਪਤਨੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ, ਜਿਸਦੀ ਇਸਦੇ ਵੱਲੋਂ ਵੀਡੀਓ ਵੀ ਬਣਾਈ ਗਈ ਅਤੇ ਆਪਣੇ ਮਾਂ ਨੂੰ ਵੀ ਵਿਖਾਈ ਗਈ। ਤਾਂ ਵੀਡੀਓ ਕੋਲ 'ਤੇ ਆਪਣੀ ਮਾਂ ਨੂੰ ਸਾਰੀ ਕਤਲ ਦੀ ਜਾਣਕਾਰੀ ਦਿੱਤੀ। ਦੱਸ ਦਈਏ ਕਿ ਬੇਸ਼ੱਕ ਇਸ ਮਾਮਲੇ ਦੇ ਵਿੱਚ ਕੈਨੇਡਾ ਪੁਲਿਸ ਨੇ ਕਤਲ ਕਰਨ ਵਾਲੇ ਜਗਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ, ਪਰ ਉੱਥੇ ਹੀ ਮ੍ਰਿਤਕ ਦੀ ਭੈਣ ਰਾਜਵਿੰਦਰ ਕੌਰ ਅਤੇ ਪਿੰਡ ਦੇ ਸਰਪੰਚ ਨੇ ਇਸ ਸੰਬੰਧੀ ਬਣਦੀ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ ਅਤੇ ਨਾਲ ਹੀ ਭਾਰਤ ਸਰਕਾਰ ਤੋਂ ਮ੍ਰਿਤਕ ਦੀ ਲਾਸ਼ ਨੂੰ ਵਾਪਸ ਪਿੰਡ ਲਿਆਉਣ ਦੀ ਮੰਗ ਕੀਤੀ ਹੈ, ਤਾਂ ਜੋ ਅੰਤਿਮ ਰਸਮਾਂ ਦੇ ਨਾਲ ਉਸਦਾ ਸੰਸਕਾਰ ਕੀਤਾ ਜਾ ਸਕੇ। ਬਲਵਿੰਦਰ ਕੌਰ ਮੇਰੀ ਭੈਣ ਸੀ, ਮੇਰੇ ਨਾਲ ਉਹ ਛੋਟੀ ਸੀਗੀ। ਪਹਿਲਾਂ ਉਹਨਾਂ ਦੀ ਬੇਟੀ ਗਈ ਸੀ ਬੈਂਡ ਲੈ ਕੇ, ਅਤੇ ਉਹਨੂੰ ਬਾਹਰ ਭੇਜਿਆ। ਸਾਰਿਆਂ ਨੇ ਹੈਲਪ ਕੀਤੀ, ਅਸੀਂ ਵੀ ਕੀਤੀ, ਰਲ ਮਿਲ ਕੇ ਉਹਨੂੰ ਭੇਜਿਆ ਬਾਹਰ ਜਾ ਕੇ। ਉਹ ਕਾਫੀ ਬਿਮਾਰ ਹੋ ਗਏ ਸੀ, ਉਹਨਾਂ ਨੂੰ ਬਾਹਰ ਜਾ ਕੇ ਪ੍ਰੋਬਲਮ ਆਈ, ਮੈਡੀਕਲ ਪ੍ਰੋਬਲਮ। ਡਾਕਟਰ ਨੇ ਕਿਹਾ ਕਿ ਉਹਨਾਂ ਦੀ ਸਰਜਰੀ ਹੋਊਗੀ। ਫਿਰ ਉਹਨਾਂ ਨੇ ਉਹਨਾਂ ਨੂੰ ਬੁਲਾਇਆ ਕਿ ਇਹਨਾਂ ਦੀ ਕੇਅਰ ਵਾਸਤੇ ਕਿਸੇ ਨੂੰ ਚਾਹੀਦਾ। ਉਹਨਾਂ ਨੇ ਆਪਣੀ ਮਦਰ ਨੂੰ ਬੁਲਾਇਆ, ਅਤੇ ਉਹਨਾਂ ਨੂੰ ਗਿਆ ਨੂੰ ਹੁਣ 2 ਸਾਲ ਹੋ ਗਏ ਸੀ, 2 ਸਾਲ ਦੇ ਕਰੀਬ ਹੋ ਗਏ ਸੀ। ਲਗਾਤਾਰ ਹੀ ਉਹਨਾਂ ਦਾ ਹਸਬੈਂਡ ਕਹਿ ਰਿਹਾ ਸੀ ਕਿ ਮੈਨੂੰ ਲੈ ਕੇ ਜਾਓ, ਮੈਨੂੰ ਵੀ ਬੁਲਾਓ। ਉਹ ਆਪਣੀ ਬੱਚੀ ਨੂੰ ਵੀ ਦੇਖਦੇ ਸੀ ਅਤੇ ਉਹਦੀ ਸਟੱਡੀ ਵੀ ਕਰਵਾਉਂਦੇ ਸੀ, ਫੀਸਾਂ ਭਰਦੇ ਸੀ, ਅਤੇ ਸਾਰਾ ਕੁਝ ਖੁਦ ਹੀ ਦੇਖਦੇ ਸੀ ਉਹ ਬਿਮਾਰ ਹੋਣ ਦੇ ਨਾਤੇ, ਅਤੇ ਉਹਨਾਂ ਨੂੰ ਸਾਰਾ ਕੁਝ ਉਹ ਆਪ ਹੀ ਕਰਵਾਉਂਦੇ ਸੀਗੇ। ਅਤੇ ਇਹ ਕਹਿੰਦੇ ਸੀ ਵੀ ਸਾਨੂੰ ਜਲਦੀ ਬੁਲਾਓ, ਨਹੀਂ ਸੀ ਉਹ ਕਹਿੰਦੇ ਸੀ ਹਜੇ ਮੇਰੀ ਮਨੀ ਪ੍ਰੋਬਲਮ ਹੈ, ਮੈਂ ਨਹੀਂ ਬੁਲਾ ਸਕਦੀ। 2 ਵਾਰੀ ਇਹਨਾਂ ਦਾ ਲਾਇਆ ਵੀ, ਉਹ ਰਿਫਿਊਜ਼ਲ ਆ ਗਈ। ਜਦੋਂ ਰਿਫਿਊਜ਼ਲ ਆ ਜਾਂਦੀ ਆ, ਬਲੇਮ ਸਾਨੂੰ ਕਰਦੇ ਆ, ਮੇਰੇ ਫਾਦਰ ਸਾਹਿਬ ਨੂੰ ਕਰਦੇ ਆ। ਇਕੱਲੇ ਪਾਪਾ ਘਰ ਸੀ, ਕਈ ਵਾਰੀ ਸਾਡੇ ਘਰ ਵੀ ਆਏ ਇਹਨਾਂ 'ਤੇ ਅਟੈਕ ਕਰਨ। ਫਿਰ ਉਹਨਾਂ ਨੂੰ ਕਿਹਾ ਬਸ ਜਿੱਦਾਂ ਕੋਈ ਮੈਂਟਲੀ ਅਪਸੈਟ ਜਾਂ ਕੁਛ ਹੋਰ ਜਾਂ ਪਿੱਛੇ ਤੋਂ ਉਹਨੂੰ ਕਿਹਾ ਜਾ ਰਿਹਾ, ਫੋਰਸ ਕਰੀ ਜਾ ਰਿਹਾ ਵੀ ਤੂੰ ਆਹ ਕਰ ਆਹ ਕਰ। ਬਸ ਉਹ ਇੱਦਾਂ ਹੀ ਇੱਥੇ ਵਾਰੀ ਵਾਰੀ ਆਉਂਦਾ, ਸਾਨੂੰ ਸਭ ਨੂੰ ਤੰਗ ਕਰਦਾ, ਈਵਨ ਕਿ ਮੈਨੂੰ ਵੀ ਤੰਗ ਕਰਦਾ ਸੀ। ਮੇਰੇ ਸਹੁਰੇ ਘਰ, ਮੇਰੇ ਸਹੁਰੇ ਘਰ ਵਾਲਿਆਂ ਨੂੰ ਵੀ ਫੋਨ ਕਰਕੇ ਬੋਲਦਾ ਸੀ, ਮੈਨੂੰ ਬੋਲਦਾ ਸੀ ਉੱਥੇ। ਕੀ ਨਾਮ ਸੀ ਉਹਦਾ? ਜਗਪ੍ਰੀਤ। ਜਗਪ੍ਰੀਤ ਜਦੋਂ 3ਰੀ ਵਾਰੀ ਉਹਦਾ ਲਗਾਇਆ ਪੇਪਰ, ਅਪਲਾਈ ਕੀਤੇ, ਉਹਦਾ ਬਣ ਗਿਆ ਅਤੇ ਉਹ ਚਲਾ ਗਿਆ। ਪਰ ਜੋ ਇੱਥੇ ਬੋਲਦਾ ਸੀ, ਮੈਂ ਇਹਨੂੰ ਬਾਹਰ ਜਾ ਕੇ ਮਾਰ ਦੇਣਾ ਮਾਰ ਦੇਣਾ, ਪਰ ਸਾਨੂੰ ਸੱਚ ਨਹੀਂ ਸੀ ਹੁੰਦਾ ਵੀ ਚਲੋ ਬੰਦਾ ਜੋ ਕਹਿੰਦਾ ਉਹ ਨਹੀਂ ਕਰਦਾ। ਪਰ ਉਹਨੇ ਉਹਦੇ ਮਨ ਵਿੱਚ ਉਹੀ ਗੱਲ ਰਹੀ ਜੋ ਉਹਨੇ ਇੱਧਰ ਕਿਹਾ ਉਹ ਜਾ ਕੇ ਕੀਤਾ। ਉਹ ਇਹੀ ਕਹਿੰਦਾ ਸੀ, ਉਹ ਮੈਨੂੰ ਵੀ ਕਹਿੰਦਾ ਸੀ, ਮੇਰੇ ਹਸਬੈਂਡ ਨੂੰ ਕਹਿੰਦਾ ਸੀ ਆਪਣੀ ਵਾਲੀ ਨੂੰ ਇੱਧਰ ਮਾਰ ਦੇ,
ਮੈਂ ਆਪਣੇ ਵਾਲੀ ਨੂੰ ਕਨੇਡਾ ਮਾਰੂੰਗਾ। ਅੱਗੇ ਪਹਿਲਾਂ ਨਿਊਜ਼ ਆਈ ਆ, ਮੈਂ ਕੁਛ ਨਹੀਂ ਬੋਲਿਆ, ਖੁੱਲ੍ਹ ਕੇ ਨਹੀਂ ਬੋਲਿਆ, ਮੈਂ ਨਹੀਂ ਸਾਰਾ ਕੁਛ ਮੈਂ ਚੁੱਪ ਕਰਨਾ ਚਾਹੁੰਦੀ ਹੁਣ, ਜਦੋਂ ਮੈਨੂੰ ਹੀ ਬਲੇਮ ਕਰੀ ਜਾ ਰਿਹਾ। ਪਰ ਮੈਂ ਹੁਣ ਚੁੱਪ ਨਹੀਂ ਬਹਿੰਦੀ, ਮੈਂ ਚੁੱਪ ਨਹੀਂ ਬੈਠਣਾ। ਉਹ ਬੰਦੇ ਨੇ ਬੇਰਹਿਮੀ ਦੇ ਨਾਲ ਉਹਨੂੰ ਮਾਰਿਆ, ਬੇਰਹਿਮੀ ਦੇ ਨਾਲ ਮਾਰਿਆ, ਨਹੀਂ ਸੀ ਬਣਦੀ ਮੀਆਂ ਬੀਬੀ ਦੀ, ਨਹੀਂ ਬਣਦੀ, ਡਿਵੋਰਸ ਦੇ ਦਿੰਦਾ, ਅਲੱਗ ਵੀ ਨਹੀਂ ਸੀ ਰਹਿਣ ਦਿੰਦਾ। ਉਹਨੇ ਕਿਹਾ ਵੀ ਤੂੰ ਮੇਰੇ ਤੇਰੀ ਮੇਰੀ ਨਹੀਂ ਬਣਦੀ, ਆਪਾਂ ਅਲੱਗ ਰਹਿੰਦੇ। ਨਹੀਂ ਜੀ, ਅਲੱਗ ਵੀ ਨਹੀਂ ਰਹਿਣ ਦੇਣਾ, ਕਿਸੇ ਨੂੰ ਕਿਸੇ ਦੀ ਜ਼ਿੰਦਗੀ ਜਾਂ ਮੌਤ ਲੈਣ ਦਾ ਕੋਈ ਹੱਕ ਨਹੀਂ ਹੈਗਾ। ਉਹਨੇ ਕਿਉਂ ਮਾਰਿਆ, ਬਸ ਸਾਨੂੰ ਇਹ ਸਮਝ ਨਹੀਂ ਆਉਂਦੀ। ਜੇ ਹੁਣ ਉਹਨੇ ਮਾਰਿਆ ਨਹੀਂ, ਬੇਰਹਿਮੀ ਨੇ ਕਤਲ ਕੀਤਾ, ਮੇਰੀ ਬਾਹਰਲੀ ਸਰਕਾਰ ਨੂੰ ਵੀ ਇਹੀ ਅਪੀਲ ਆ, ਇੱਧਰ ਵੀ ਇਹੀ ਅਪੀਲ ਆ, ਮੌਤ ਦੀ ਸਜ਼ਾ ਮੌਤ। ਜਿਹੋ ਜਿਹੇ ਦਰਿੰਦਿਆਂ ਨੂੰ ਮੌਤ ਨਹੀਂ ਦਿੱਤੀ ਜਾਊਗੀ ਨਾ, ਧੀਆਂ ਭੈਣਾਂ ਹਰ ਕਿਸੇ ਦੀਆਂ, ਹਰ ਕਿਸੇ ਦੀਆਂ ਇੱਦਾਂ ਹੀ ਮਰਨਗੀਆਂ। ਅੱਜ ਮੇਰੀ ਭੈਣ ਨਾਲ ਹੋਇਆ, ਸਾਡੀ ਧੀ ਨਾਲ, ਤਕੈਕਾਂ ਨੂੰ ਤੁਹਾਡੀਆਂ ਨਾਲ ਵੀ ਹੋ ਸਕਦਾ। ਜਿਹੜੇ ਲੋਕ ਫੇਸਬੁੱਕ 'ਤੇ ਕਿਸੇ 'ਤੇ ਵੀ ਵਟਸਐਪ 'ਤੇ ਕਮੈਂਟ ਕਰਦੇ ਆ, ਮਰ ਗਈ, ਗੰਦ ਖਤਮ ਹੋ ਗਿਆ, ਕੋਈ ਨਾ, ਇਹ ਕਿਸੇ ਨਾ ਕਿਸੇ ਟਾਈਮ ਸਾਡੀ ਜਗ੍ਹਾ ਤੁਸੀਂ ਵੀ ਖੜ੍ਹੇ ਹੋਵੋਗੇ, ਜੇ ਇੱਦਾਂ ਹੀ ਸਾਥ ਦਿਓਗੇ, ਜੇ ਇੱਦਾਂ ਹੀ ਬੋਲੋਗੇ। ਮੈਨੂੰ ਹੁਣ ਕੋਈ ਡਰ ਨਹੀਂ, ਜਿਹਨੇ ਮੈਨੂੰ ਮਾਰਨਾ ਮੈਨੂੰ ਵੀ ਮਾਰ ਦਿਓ। ਜੇ ਕਿਸੇ ਨੂੰ ਦੁੱਖ ਲੱਗਿਆ ਮੇਰੇ ਕੋਲ ਖੁਦ ਆਵੋ, ਮੈਂ ਇਕੱਲੀ ਹਾਂ, ਮੇਰੇ ਅੱਗੇ ਪਿੱਛੇ ਕੋਈ ਨਹੀਂ, ਮੇਰੇ ਪਾਪਾ ਇਕੱਲੇ ਨੇ। ਹੁਣ ਅਸੀਂ ਡਰਦੇ, ਜੇ ਸਾਡੇ ਸੱਚ ਨੂੰ ਦਬਾਉਂਗੇ ਵੀ ਮੇਰੇ ਕੋਲੋਂ ਜੋ ਹੋਊਗਾ ਮੈਂ ਤਾਂ ਉਹ ਕਰੂੰਗੀ। ਕੀ ਮੰਗ ਕਰਦੇ ਹੁਣ ਆਪਾਂ? ਮੈਂ ਤਾਂ ਇਹ ਮੰਗ ਕਰਦੀ ਹਾਂ, ਜੋ ਬੋਲਦਾ ਉਹਨਾਂ ਲੋਕਾਂ ਦੇ ਵੀ ਮੂੰਹ 'ਤੇ ਚਪੇੜ ਮਾਰੀ ਜਾਵੇ, ਜਿੰਨੀ ਦੇਰ ਕਿਸੇ ਦੀ ਜ਼ਿੰਦਗੀ ਬਾਰੇ ਕੋਈ ਸੱਚ ਨਹੀਂ ਪਤਾ ਕਰੇ। ਇੱਕ ਹੱਥ ਨਾਲ ਤਾੜੀ ਕਦੇ ਨਹੀਂ ਵੱਜਦੀ। ਸਖਤ ਸਜ਼ਾ ਦੀ ਮੰਗ ਕਰਦੇ ਹੋ? ਸਖਤ ਸਜ਼ਾ ਜੀ, ਜੇ ਉਹਨੂੰ, ਮੈਂ ਤਾਂ ਇਹ ਕਹਿੰਦੀ ਹਾਂ ਜੋ ਕਾਨੂੰਨ ਆ ਉਹਨੂੰ ਫਾਂਸੀ ਹੋਣੀ ਚਾਹੀਦੀ ਆ। ਸਾਡੀ ਭੈਣ ਮਾਰੀ ਆ, ਸਾਡੇ ਘਰ ਦੀ ਧੀ ਮਰੀ ਆ, ਉਹਨਾਂ ਦੇ ਘਰ ਦਾ ਵੀ ਪੁੱਤ ਮਰਨਾ ਚਾਹੀਦਾ। ਪਤਾ ਲੱਗੂ, ਜੋ ਸਾਨੂੰ ਦੁੱਖ ਲੱਗਿਆ ਉਹਦੇ ਮਾਂ ਨੂੰ ਵੀ ਦੁੱਖ ਲੱਗੂ। ਇੱਕ ਵਾਰੀ ਸਾਨੂੰ ਫੋਨ ਕਰਕੇ ਨਹੀਂ ਪੁੱਛਿਆ, ਸਾਡੀ ਭੈਣ ਨੂੰ ਮਾਰਿਆ, ਸਭ ਤੋਂ ਪਹਿਲਾਂ ਆਪਣੀ ਮਾਂ ਨੂੰ ਦਿਖਾਇਆ, ਮਾਂ ਨੂੰ ਦਿਖਾਇਆ ਵੀਡੀਓ ਕਾਲ 'ਤੇ। ਕੀ ਉਹਦੇ ਕਾਲ 'ਚ ਠੰਡ ਪਾਉਣਾ ਚਾਹੁੰਦਾ ਸੀ? ਕੀ ਉਹਨਾਂ ਨੇ ਇਹੀ ਉਹਨੂੰ ਸਿਖਾ ਕੇ ਭੇਜਿਆ ਸੀ? ਪਿੱਛੇ ਬੱਚਿਆਂ ਨੂੰ ਵੀ ਸਿਖਾ ਕੇ ਸਾਨੂੰ ਬੁਲਾਉਂਦੇ ਆ, ਕਿਉਂ ਬੁਲਾਉਂਦੇ ਨੇ? ਨਿਊਜ਼ ਆਉਂਦੀ ਹੈ, ਜੇ ਤੁਸੀਂ ਕ੍ਰਾਈਮ ਕੀਤਾ ਤਾਂ ਨਿਊਜ਼ ਆਊਗੀ, ਨਾ ਕਰਦੇ ਨਾ ਦਬਾ ਲੈਂਦੇ। ਬਹੁਤ ਲੋਕਾਂ ਨੇ ਬਹੁਤ ਕੁਝ ਝੱਲੀ ਜਾਂਦੇ ਆ, ਕਿਉਂ ਧੀਆਂ ਭੈਣਾਂ ਨਹੀਂ ਕੁਛ ਹੋਈ ਜਾਊਗਾ। ਉਹ ਅਜੇ ਦੇਖਿਆ ਨਹੀਂ, ਦੇਖਦੇ ਹਾਂ। ਜੇ ਫਿਰ ਸਾਡੇ ਨਾਲ ਕੋਈ ਵੀ ਬੱਚੇ ਜਾਂ ਕੋਈ ਨਹੀਂ ਖੜੂ, ਅਸੀਂ ਬੋਡੀ ਆਪਣੇ ਕੋਲ ਲੈ ਕੇ ਆਵਾਂਗੇ। ਅਸੀਂ ਕਿਸੇ ਦੇ ਕੋਲ ਛੱਡਣੀ ਨਹੀਂ, ਅਸੀਂ ਕਿਸੇ ਦੇ ਕੋਲ ਛੱਡਣੀ ਨਹੀਂ। ਉਹਦੇ ਸਹੁਰੇ ਪਰਿਵਾਰ ਵਾਲਾ ਬੋਡੀ ਤੱਕ ਜਾਵੇ ਮੈਂ ਨਹੀਂ ਚਾਹੁੰਦੀ। ਹਾਂ, ਬੇਟਾ ਜਾਊਗਾ, ਉਹ ਜਾਵੇ, ਸਾਨੂੰ ਕੋਈ ਪ੍ਰੋਬਲਮ ਨਹੀਂ, ਉਹ ਉਹਨਾਂ ਦਾ ਆਪਣਾ ਬੇਟਾ। ਬੇਟੀ ਦੀ ਮੌਤ ਹੋਈ ਹੈ, ਕੀ ਕਹੋਗੇ ਤੁਸੀਂ? ਸਤਿ ਸ਼੍ਰੀ ਅਕਾਲ ਜੀ ਸਰ। ਇਹਨਾਂ ਦੀ ਬੇਟੀ ਉੱਥੇ ਵਿਆਹੀ ਵੀ ਸੀ ਲੁਧਿਆਣੇ, ਅਤੇ ਉਹਦੀ ਬੇਟੀ ਕਨੇਡਾ ਚਲੀ ਗਈ ਸੀ, ਉਹਨਾਂ ਦੀ ਮਾਂ ਨੂੰ ਬੁਲਾ ਲਿਆ ਸੀ, ਕੋਈ ਉਹਨੂੰ ਪ੍ਰੋਬਲਮ ਸੀਗੀ। ਹੁਣ 5 ਕੁ ਦਿਨ ਹੋਏ ਆ ਵੀ ਇਹਨਾਂ ਦੇ ਜਵਾਈ ਗਏ ਸੀ ਉੱਥੇ, ਅਤੇ ਰੱਬ ਜਾਣੇ ਉਹਨਾਂ ਦੇ ਘਰ ਕੀ ਹੋਇਆ ਕੀ ਨਹੀਂ ਹੋਇਆ। ਅਤੇ ਉਹਨਾਂ ਨੇ ਜਾ ਕੇ ਇਹਦੀ ਬੇਟੀ ਦਾ ਕਤਲ ਕਰਕੇ ਆਪਦੀ ਮਾਂ ਨੂੰ ਵੀਡੀਓ ਪਾ ਤੀ ਵੀ ਆਹ ਕੁਛ ਹੋਇਆ ਹੋਣਾ, ਵਾਅਦਾ ਕਰਕੇ ਗਿਆ ਹੋਣਾ, ਜਿਵੇਂ ਮਤਲਬ ਵੀ ਕਹਿ ਕੇ ਗਿਆ ਹੋਣਾ, ਜਿਵੇਂ ਇਹ ਦੱਸ ਰਹੇ ਆ ਵੀ ਵੀਡੀਓ ਪਾ ਤੀ। ਉੱਥੋਂ ਇਹਨਾਂ ਨੂੰ ਪਤਾ ਲੱਗਿਆ, ਪਰ ਇਹ ਜਿਹੜਾ ਗਰੀਬ ਪਰਿਵਾਰ ਆ ਆਪਦੀ ਮਸਾਂ ਰੋਜ਼ੀ ਰੋਟੀ ਤੋਰਦੇ ਆ, ਅਤੇ ਇਹਨਾਂ ਨੇ ਅੱਜ ਤੱਕ ਅਜੇ ਦਰਖਾਸਤ ਵੀ ਦਿੱਤੀ ਨਹੀਂ, ਥਾਣੇ ਵੀ ਰਿਪੋਰਟ ਨਹੀਂ ਕੀਤੀ। ਪਰ ਇਹਨਾਂ ਨੂੰ ਇੰਨਾ ਕੁ ਟੋਰਚਰ ਕਰ ਰਿਹਾ ਜਿਵੇਂ ਦਬਾਉਣ ਦੀ ਗੱਲ, ਤੁਸੀਂ ਬੋਲੋ ਨਾ ਜਾਂ ਕਰੋ। ਪਰ ਅਸੀਂ ਕਹਿੰਦੇ ਹਾਂ ਵੀ ਸਰਕਾਰਾਂ ਅੱਗੇ, ਦੋਨਾਂ ਸਰਕਾਰਾਂ ਅੱਗੇ ਬੇਨਤੀ ਕਰਦੇ ਹਾਂ ਵੀ ਜਿਹੜੀ ਬਣਦੀ ਕਾਰਵਾਈ ਹੋਣੀ ਚਾਹੀਦੀ ਆ, ਅਤੇ ਉਹ ਦੂਜਿਆਂ ਤਾਂ ਕੁਛ ਨਹੀਂ ਲੱਗਦੀ ਜਿੱਥੇ ਮਾਰਤੀ, ਇਹਨਾਂ ਦੀ ਬੇਟੀ ਇਹਨਾਂ ਨੂੰ ਮਿਲਣੀ ਚਾਹੀਦੀ ਹੈ, ਇੱਥੇ ਉਹਨਾਂ ਦਾ ਸੰਸਕਾਰ ਕਰਨਾ ਚਾਹੁੰਦੇ ਆ। ਅਸੀਂ ਤਾਂ ਦੋਨਾਂ ਸਰਕਾਰਾਂ ਨੂੰ ਇਹੀ ਮੰਗ ਕਰਦੇ ਹਾਂ, ਕੈਨੇਡਾ